ਅੱਜ ਤੁਸੀਂ ਇੰਨੇ ਲੋਕ ਜਿਹੜੇ ਇਕੱਠੇ ਹੋਏ ਉੱਥੇ ਡੀ ਐਸ ਪੀ ਜੀ ਸੀਤੋ ਸਕੂਲ 'ਚ ਇੱਕ ਵਾਰਦਾਤ ਹੋਈ ਸੀ 1600 ਜੀ ਦਾ, ਉਸ 'ਚ ਇੱਕ ਜੋਨੀ ਮੁੰਡੇ ਨਾਂ ਦਾ ਕਤਲ ਹੋਇਆ ਸੀ, ਉਸ 'ਚ ਜਿੰਨੇ ਵੀ ਮੁਲਜ਼ਿਮ ਬਣਾਏ ਗਏ ਸਾਰੇ ਨਜਾਇਜ਼ ਹੈ ਜੀ, ਦਿਹਾੜੀਦਾਰ ਬੰਦੇ ਹੈ, ਅਨੁਸੂਚਿਤ ਜਾਤੀ ਦੇ ਬੰਦੇ ਹੈ ਜੀ ਸਾਰੇ, ਕਿਸੇ ਬੰਦੇ ਨੇ ਮੋਹਰਾ ਬਣਾ ਕੇ ਇਹਨਾਂ ਦੇ ਨਾਂ ਲਿਖਾਏ ਗਏ ਸਾਰੇ, ਹਰ ਬੰਦਾ ਆਪ ਆਪਦੇ ਘਰੇ ਸੀ, ਇੱਕ ਇਹ ਬੰਦਾ ਸੋਨੂੰ ਏ ਪੀ ਜੀ ਆਈ ਐਡਮਿਟ ਸੀ ਜੀ, ਇਹਦਾ ਵੀ ਗਲਤ ਨਾਂ ਲਿਖਾਇਆ ਗਿਆ, ਇਹਦੇ ਕੋਲ ਸਾਰੀ ਵੀਡੀਓ ਸਾਰੇ ਫੁਟੇਜ ਜਾਣਦੇ ਪਏ, ਅਤੇ ਪੁਲਿਸ ਪ੍ਰਸ਼ਾਸਨ ਨੇ 57 ਕਰਕੇ ਇਸ ਬੰਦੇ ਨੂੰ ਛੱਡਿਆ, ਵਾਰੀ ਵਾਰੀ ਸਾਰੇ ਬੰਦੇ ਨੂੰ ਚੱਕ ਚੱਕ ਕੇ ਹਰਾਸ ਕਰੀ ਜਾਂਦੇ ਆ ਜੀ, ਜਿਹੜੇ ਨਾਂ ਅੰਦਰ ਹੈ 7 ਬੰਦੇ ਉਹ ਵੀ ਨਜਾਇਜ਼ ਹੈ ਜੀ, ਉਹਦੇ 'ਚ ਸਾਡੇ ਪਿੰਡ ਦਾ ਵੀ ਇੱਕ ਧਰਮਪਾਲ ਸਿੰਘ ਸੁਖਰਾਮ ਹੈ ਜੀ, ਬਿਲਕੁਲ ਨਜਾਇਜ਼ ਹੈ, ਉਹ ਬੰਦਾ ਉਸ ਦਿਨ ਚਰਾਏ ਦੇ ਫਾਰਮ ਉਸ 'ਤੇ ਸੀ ਜੀ, ਵੈਕਸੀਨ ਪਲਾਂਟ 'ਤੇ। ਜਿਹਦਾ ਕਤਲ ਹੋਇਆ ਕੌਣ ਸੀਗਾ? ਇਹ ਕੋਈ ਰਾਜ ਜਾਤੀ ਦਾ ਸੰਬੰਧਿਤ ਮੁੰਡਾ ਸੀ ਜੀ, ਇੰਨਾ ਤਾਂ ਮੈਨੂੰ ਨਹੀਂ ਕਰਦਾ ਕੀ ਸੀਗਾ, ਦਿਹਾੜੀ ਕਰਦਾ ਸੀ ਜੀ। ਅੱਛਾ, ਇਹ ਵੀ ਦੂਜੇ ਬੰਦੇ ਜਿਹੜੇ ਨਾਲ ਸੀ ਅੰਕਿਤ ਵਗੈਰਾ ਉਹ ਵੀ ਗਲਤ ਸੀ ਸਾਰੇ, ਗਏ ਤਾਂ ਉਹ ਹਮਲਾ ਕਰਨੇ ਵੀਡੀਓ ਫੋਟੋ 'ਚ ਸਾਰੇ ਆਏ ਹੋਏ ਜੀ, ਕਿਸ ਜਿਵੇਂ ਪਿੰਡ ਦੇ ਵਿੱਚ ਐਂਟਰ ਕਰਦੇ ਜਾ ਕੇ ਉਹਨਾਂ ਦੇ ਘਰਾਂ ਦੇ ਕੋਲ ਜਾ ਕੇ ਹਮਲਾ ਕੀਤਾ ਇਹਨਾਂ। ਕਿੰਨਾ ਨੇ ਹਮਲਾ ਕੀਤਾ? ਅੰਕਿਤ ਔਰ ਨੇ। ਅੱਛਾ, ਕਿੱਥੋਂ ਦੇ ਰਹਿਣ ਵਾਲੇ? ਇਹ ਕੋਈ ਮਹਿਰਾਜਪੁਰ ਦਾ ਹੈ, ਕੋਈ ਕਿਤੇ ਕੋਈ ਖੈਰਪੁਰ ਦੇ ਹੈ, ਕੋਈ ਇਹ 15-20 ਜਿਹੜੇ ਬੰਦੇ ਇਕੱਠੇ ਹੋ ਕੇ ਗਏ ਜੀ। ਕੀ ਦੁਸ਼ਮਣੀ ਕੀ ਸੀਗੀ, ਕੀ ਲੱਗਦਾ ਕੀ ਹੈ? ਕੋਈ ਦੁਸ਼ਮਣੀ ਨਹੀਂ ਸੀ ਜੀ ਇਹਨਾਂ ਦੀ, ਇਹ ਤਾਂ ਤਿਆੜੀਦਾਰ ਬੰਦੇ ਆ, ਉਹਨਾਂ ਦੀ ਇਹਨਾਂ ਨਾਲ ਕੀ ਦੁਸ਼ਮਣੀ ਸੀ ਜੀ? ਦੂਜੇ ਪਿੰਡ ਦੇ ਰਹਿਣ ਵਾਲੇ ਉਹ। ਕਿੰਨੇ ਬੰਦਿਆਂ ਦੇ ਪਰਚਾ ਦਰਜ ਹੋਇਆ? ਇਹ ਲਗਭਗ ਜੀ 22 ਨੇਮ 19 ਤਾਂ, ਬਾਕੀ ਇੰਨੇ ਪਾ ਰੱਖੇ ਹੈ 10-12 ਨੇ 29-30 ਬੰਦੇ 29-30 ਬੰਦੇ ਆ ਜੀ। ਕੀ ਲੱਗਦਾ ਕੀ ਹੈ ਤੁਹਾਨੂੰ, ਕੀ ਲੱਗਦਾ ਹੈਗਾ? ਬਿਲਕੁਲ ਨਜਾਇਜ਼ ਹੈ ਜੀ ਪਰਚਾ। FIR ਵੀ ਲੇਟ ਹੋਈ ਹੈ ਜੀ ਇਸ ਬਾਰੇ। FIR ਤਾਂ ਦੇਖੋ ਜੀ 108 ਐਂਬੂਲੈਂਸ ਲੈਂਦੀ ਹੈ ਉਸ ਮੁੰਡੇ ਨੂੰ, ਅਤੇ ਪਰ ਆ ਕੇ FIR ਦਰਜ ਕਰਾਉਂਦਾ। ਕੋਈ ਕਾਰਨ ਸਮਝ ਨੀ, ਕੋਈ ਤਿਆਰੀ, ਕੋਈ ਦੂਜੇ ਪਿੰਡ ਦੇ ਉਹ ਸੁੱਕ ਚੰਦਾ ਹੈ ਜੀ, ਇਸ 'ਤੇ ਸੁੱਖ ਚੰਦ ਦੇ ਵੀ ਫਸਾਏ ਆ, ਖੈਰਪੁਰ ਦੇ ਵੀ ਫਸਾਏ ਆ, ਸਰਦਾਰਪੁਰ ਦੇ ਮੁੰਡਿਆਂ ਦੇ ਨਾਂ ਲਿਖਾਏ ਆ ਜੀ। ਜਿਹਦੀ ਮੌਤ ਹੋਈ ਆ ਉਹ ਉੱਥੇ ਪਿੰਡ ਦਾ? ਸੁੱਖ ਚੰਦ ਦਾ। ਅੱਛਾ, ਤੋਂ 3 ਕਿਲੋਮੀਟਰ 3 ਕਿਲੋਮੀਟਰ ਇੱਧਰ ਹੈ ਜੀ, ਉਹ ਵੀ ਤਿਆੜੀਦਾਰ ਉਹ ਬੰਦਾ ਹੈ ਜੀ, ਨਾਂ ਲਿਖਾਉਣ ਵਾਲੇ ਕੋਈ ਹੋਰ ਹੈ ਇਹਨਾਂ ਦੇ, ਮਗਰ ਉਹਦਾ ਭਰਾ ਤਾਂ ਨਾਂ ਹੀ ਨਹੀਂ ਗਿਣਾ ਸਕਦੇ ਵੀ 19 ਬੰਦਿਆਂ ਦੇ ਨਾਂ ਗਿਣਾ ਦਿਓ। ਜਿਹੜਾ ਬੰਦਾ ਪਰਚਾ ਕਰਾਉਂਦਾ ਉਹ ਨਾਂ ਗਿਣਾ ਦੇ ਵੀ 19 ਬੰਦਿਆਂ ਦੇ ਨਾਂ ਇਹ ਹੈ। ਮੇਰੇ ਖਿਲਾਫ FIR ਕਰਤੀ, ਠੀਕ ਹੈ ਜੀ, ਮੈਂ ਕੀ ਸਾਬਤ ਕਿਵੇਂ ਕਰਾਂ ਕਿ ਮੈਂ ਹੈ ਨਹੀਂ ਸੀ? ਸਾਡੇ ਕੋਲ ਵੀਡੀਓ ਸਾਰੀ ਵੀਡੀਓ ਫੁਟੇਜ ਹੈ ਜੀ, ਮਤਲਬ ਪੂਰੇ ਪਿੰਡ ਦੇ ਵਿੱਚ ਜਿਹੜੀ ਅਸੀਂ ਸੀ, ਹਾਂਜੀ, ਤੇ ਆ ਸੀਸੀਟੀਵੀ ਕੈਮਰੇ DVR ਹੈ ਸਕੂਲ ਦੀ, ਉਸ 'ਚ ਵੇਖ ਲਓ। ਤੁਹਾਡੇ ਕਹਿਣ ਦਾ ਮਤਲਬ ਬੰਦੇ ਹੋਰ ਨੇ? ਹਾਂਜੀ ਬਿਲਕੁਲ, ਹੋਰ ਪਕੜੇ ਹੋਰ ਹੋਏ, ਜਿਹੜੇ ਨਾਲ ਆਏ ਆ ਉਹੀ ਬੰਦੇ ਹੋ ਸਕਦੇ ਇਹਨਾਂ ਦੇ ਨਾਲ, 19 ਬੰਦੇ ਨੇ ਆਏ ਨੇ, ਜਿਹੜੇ 7 ਜਿਹੜੇ ਬੰਦੇ ਨਾਲ ਆਏ ਆ ਹੋ ਸਕਦਾ ਉਹਨਾਂ ਤੋਂ ਹੀ ਹੋਇਆ ਹੋਵੇ, ਇਹ ਤਾਂ ਕੰਮ ਤਾਂ ਪੁਲਿਸ ਦਾ ਹੈ ਜੀ। ਕੀ ਹੋਇਆ ਕਿ ਜੀ ਪਿੰਡ 'ਚ ਕਹਿੰਦੇ ਕਤਲ ਹੋਇਆ, ਅਤੇ ਤੁਹਾਡੇ ਜਿਹੜੇ ਬੱਚੇ ਆ ਜਾਂ ਕਿਸੇ ਦਾ ਕੋਈ ਪਤੀ ਹੈਗਾ ਉਸ ਨੂੰ ਜਿਹੜਾ ਪੁਲਿਸ ਨੇ ਜਿਹੜਾ ਹੈਗਾ ਪਰਚੇ 'ਚ ਕੀਤਾ ਹੈਗਾ, ਤੁਸੀਂ ਕਹਿ ਰਹੇ ਹੋ ਕਿ ਉਹ ਨਿਰਦੋਸ਼ ਹੈ, ਕੀ ਹੋਇਆ ਕੀ ਸੀਗਾ ਪੂਰਾ ਮਾਮਲਾ? ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਕਤਲ ਦਾ ਹੋਇਆ ਕਿ ਨਹੀਂ ਹੋਇਆ ਸੀਗਾ, ਸਰਦਾਰ ਪਿੱਛੇ ਰਹਿੰਦੇ ਆ, ਮੁੰਡਾ ਸਾਡਾ ਘਰੇ ਸੀਗਾ, ਇੱਕ ਮੇਰਾ ਮੁੰਡਾ ਇੱਕ ਮੈਂ, ਦੋ ਹੀ ਮਾਰ ਦਿੱਤਾ। ਅੱਛਾ, ਹੋਰ ਕੋਈ ਹੈ ਹੀ ਨਹੀਂ। ਤੁਹਾਡੇ ਮੁੰਡੇ ਦਾ ਕੀ ਨਾਮ ਹੈ? ਰਕੇਸ਼ ਨਾਮ ਹੈ। ਅੱਛਾ, ਪੁਲਿਸ ਆ ਜਾਂਦੀ ਰੋਜ਼ ਤੰਗ ਕਰਦੀ ਹੈ। ਕੀ ਕਹਿੰਦੀ ਹੈ ਪੁਲਿਸ? ਪੁਲਿਸ ਮੁੰਡੇ ਨੂੰ ਚੱਪਲੇ ਦੇ ਨਜਾਇਜ਼ ਕੁੱਟਦੀ ਹੈਗੀ। ਅੱਛਾ, ਨਜਾਇਜ਼ ਕੁੱਟਦੀ ਹੈਗੀ, ਲਿਜਾ ਕੇ ਕੁੱਟ ਮਾਰ ਕੇ ਫਿਰ ਪੈਸੇ ਮੰਗਦੀ ਹੈ।
ਕਦੇ 10,000 ਮੰਗ ਲੈਂਦੀ ਹੈ, ਕਦੇ 15,000 ਮੰਗ ਲੈਂਦੀ ਹੈ। ਦਿੱਤੇ ਤੁਸੀਂ ਕਦੇ? ਨਹੀਂ ਦਿੱਤੇ। ਅੱਛਾ, ਅਸੀਂ ਦਿੱਤੇ ਨਹੀਂ, ਪਿੱਛੇ ਮੰਗ ਜ਼ਰੂਰ ਲੈਂਦੇ ਮੰਗਦੇ ਹਾਂ। ਹਾਂ ਮੰਗਦੇ, ਨਜਾਇਜ਼ ਕੁੱਟ ਲੈਂਦੀ ਹੈ, ਨਜਾਇਜ਼ ਕੁੱਟ ਲੈਂਦੀ ਹੈ। ਕੀ ਹੋਇਆ, ਕਿਉਂ ਕਤਲ ਹੈ, ਕੋਈ ਐਸੀ ਦਿੱਕਤ ਮੁੰਡੇ ਨੇ ਕੋਈ ਗੱਲ ਕੀਤੀ? ਅੱਛਾ, ਪਤਾ ਹੀ ਨਹੀਂ ਸੀਗਾ ਸਾਨੂੰ ਕਤਲ ਹੋਇਆ ਹੈ ਕਿ ਨਹੀਂ ਹੋਇਆ, ਸਾਨੂੰ ਨਹੀਂ ਪਤਾ ਸੀਗਾ। ਆ ਮੁੰਡਾ ਮੇਰੇ ਕੋਲੇ ਰਹਿੰਦਾ ਹੈ, ਬੰਦਾ ਮੇਰੇ ਆਈ ਨਹੀਂ, ਅਸੀਂ ਦੋ ਹੀ ਮਾਂ ਪੁੱਤਾਂ। ਪੈਸੇ ਕਹਿੰਦੇ ਕੋਈ ਕਾਫੀ ਜਿਹੜੇ ਲੋਕ ਆਏ ਸੀ, 40-45 ਲੋਕ ਆਏ ਸੀਗੇ ਪਿੰਡ ਦੇ ਵਿੱਚ, ਹੈ ਇਸ ਗੱਲ ਦਾ ਧਿਆਨ? ਤੁਹਾਡੇ ਮੁੰਡੇ ਦੇ ਨਾਲ ਜਿਹੜੇ ਦੋਸਤ ਕੋਈ ਰਹਿੰਦੇ ਸੀ, ਉਹਨਾਂ ਦੇ ਵੀ ਪਰਚਾ ਦਰਜ ਹੋਏ? ਅੱਛਾ, ਕਿੰਨੇ ਦੇ ਪਰਚਾ ਦਰਜ ਹੋਏ? 10-12 ਕੌਣ ਲੋਕ ਹੋ ਸਕਦੇ ਪਿੱਛੇ ਕੀ, ਜਿਹੜੇ ਨਜਾਇਜ਼ ਤੁਹਾਡੇ ਦੇ ਪਰਚੇ ਜਿਹੜੇ ਕਹਿ ਰਹੇ ਹੋ, ਜਿਹੜੇ ਕਿੰਨਾ ਦਾ ਕੌਣ ਹੋ ਸਕਦੇ? ਕੋਈ ਪਿੰਡ ਦੇ ਲੋਕ ਹੈ ਜਿਹੜੇ ਐ ਕਰਾ ਰਹੇ? ਪਤਾ ਨਹੀਂ ਪਿੰਡ ਦੇ ਕੌਣ ਹੈ, ਪਤਾ ਨਹੀਂ ਕੀ ਕਿਤਾ ਹੈ, ਕੌਣ ਲਿਖਾਇਆ, ਕੌਣ ਲਿਖਿਆ, ਪਤਾ ਤਾਂ ਵਧਾ ਲੱਗ ਜਾਂਦਾ। ਕਦੇ ਆਏ ਹੋ ਪਹਿਲਾਂ ਅਫਸਰਾਂ ਨੂੰ ਮਿਲਣ? ਨਹੀਂ ਨਹੀਂ ਆਇਆ। ਹਾਂ ਲੜੀ ਦੇ ਪਰਚੇ ਵੀ ਆਏ ਜੀ, ਲੜੀ ਦੇ ਪਰਚਾ ਕੀਤਾ ਨਾ, ਰੋਟੀ ਖਾਣ ਦੇ ਨਹੀਂ ਕੂੜਾ ਕਰਦੀ ਹਾਂ, ਚੀਤੋ ਮਾਮਲੇ 'ਚ ਇੱਥੇ ਅਗੋਰ ਪਹੁੰਚੇ ਹੋ, ਲੋਕ ਤੁਹਾਨੂੰ ਉਹਨਾਂ ਨੇ ਮਿਲੇ ਵੀ ਹੈ ਕਤਲ ਮਾਮਲੇ 'ਚ, ਇਹਦੇ 'ਚ ਕੀ ਹੈਗਾ ਜੀ, ਕਿਹੜੀ ਜਾਂਚ ਤੁਸੀਂ ਲਵਾ ਰਹੇ ਹੋ, ਅਤੇ ਕੀ ਕਾਰਨ ਬਣ? ਦੇਖੋ ਇਹਦੇ ਤੁਹਾਨੂੰ ਪਤਾ ਹੀ ਹੈ ਕਿ 17-3 ਨੂੰ ਨਾ, 17-3-24 ਨੂੰ ਲੜਾਈ ਹੋਈ ਸੀ, ਜਿਹੜੀ ਉਹ ਲੜਾਈ ਆਪਸ 'ਚ ਇਹਨਾਂ ਦੇ ਪਾਰਟੀ ਦੀ ਹੋਈ, ਉਹ ਵੱਧਦੇ ਵੱਧਦੇ ਜਾ ਕੇ ਫਿਰ ਅੱਗੇ ਸਕੂਲ ਤੱਕ ਪਹੁੰਚ ਗਈ ਸੀ, ਅਤੇ ਉੱਥੇ ਜਿਹੜਾ ਹੈਗਾ ਆਪਣਾ ਲੀਡਰ ਰਘਵੀਰ ਮੋਹਨ ਜਿਹੜਾ ਪੁੱਤਰ ਨਾਮ ਲੈ ਰਿਹਾ, ਠੀਕ ਹੈ ਨਾ, ਤਾਂ ਉਹਦੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਜਦੋਂ ਪਰਚਾ ਦਰਜ ਹੋਇਆ ਤਾਂ ਉਹਦੇ 'ਚ ਉਹਨਾਂ ਨੇ 20-25 ਬੰਦੇ ਨੋਮੀਨੇਟ ਕੀਤੇ, ਪਲੱਸ ਕੁਛ ਹੋਏ ਸੀ ਜਿਹਨਾਂ 'ਚੋਂ 7 ਗ੍ਰਿਫਤਾਰ ਹੋ ਚੁੱਕੇ ਹਨ, ਅਤੇ ਪਲੱਸ ਜਿਹੜੇ ਹੈਗੇ 2 ਨੋਮੀਨੇਟ ਹੋਏ ਨੇ ਉਹਦੇ 'ਚ। ਸੋ ਡਿਊਰਿੰਗ ਉਸ ਦੈਟ ਅਰੈਸਟ ਅਸੀਂ ਰੇਡਸ ਵੀ ਕਰ ਰਹੇ ਸੀ, ਸਾਰਾ ਅਰੈਸਟ ਕਰ ਰਹੇ ਸੀ, ਬਟ ਇਹ ਇਹਨਾਂ ਨੂੰ ਇਹ ਹੋਇਆ ਹੈਗਾ ਕਿ ਸਾਡੇ ਨਾਲ ਨਜਾਇਜ਼ ਹੋ ਰਹੀ ਹੈ, ਕਿ ਸਾਡੇ ਕਈ ਬੰਦੇ ਵਿੱਚ ਹੈ ਹੀ ਨਹੀਂ ਸੀ ਉਹਨਾਂ ਦਾ ਨਾਮ, ਠੀਕ ਹੈ। ਇਟਸ ਅ ਪਾਰਟ ਆਫ ਇਨਕੁਆਇਰੀ, ਕੁਛ ਉਹਨਾਂ ਦੀ ਰਿਸਪੈਕਟੇਸ਼ਨ ਸੀਗੀ ਵੀ ਸਾਨੂੰ ਤੰਗ ਕੀਤਾ ਜਾ ਰਿਹਾ। ਸੋ ਉਹਦੇ 'ਚ ਮੈਂ ਬੜਾ ਕਿਹਾ, ਮੈਂ ਕਿਹਾ ਇੱਕ ਮਰਡਰ ਹੋਇਆ ਸਾਡਾ ਉਹਨਾਂ ਨਾਲ, ਬਟ ਇਹ ਵੀ ਹੈਗਾ ਕਿ ਅਸੀਂ ਕਿਸੇ ਨੂੰ ਨਜਾਇਜ਼ ਨਹੀਂ ਕਰਾਂਗੇ। ਤੁਹਾਡੇ ਜਿਹੜੇ ਪੁਆਇੰਟ ਹੈ ਜੋ ਤੁਸੀਂ ਸਾਨੂੰ ਦੱਸਿਆ, ਮੈਂ ਕਿਹਾ ਮੈਂ SP ਓਪਰੇਸ਼ਨ ਸਾਡੇ ਉਹ ਅੱਗੇ ਫਰਦਰ ਇਨਵੈਸਟੀਗੇਟ ਕਰਨਗੇ, ਹੀ ਵਿਲ ਬੀ ਇਨਵੈਸਟੀਗੇਟਿੰਗ ਐਂਡ ਇਨਕੁਆਇਰ, ਅਤੇ ਉਹਦੇ 'ਚ ਜਿਹੜੇ ਵੀ ਬੰਦੇ ਪਾਏ ਆ ਜਾਂ ਜਿਹੜੇ ਨੋਮੀਨੇਟ ਹੋਏ ਆ ਉਹ ਸਾਰਿਆਂ ਨੂੰ ਅਸੀਂ ਦੇਖਾਂਗੇ ਵਿਦ ਪਰੂਫ ਸਬੂਤ, ਐਂਡ ਇਟ ਵਿਲ ਬੀ ਔਨ ਮੈਰਿਟ ਬਿਕੋਜ਼ ਇਟ ਇਜ਼ ਅ ਮੈਟਰ ਆਫ ਮਰਡਰ ਐਂਡ ਇਟ ਇਜ਼ ਅ ਮੈਟਰ ਆਫ ਕੈਰੀਅਰ ਆਲਸੋ। ਸੋ ਅਸੀਂ ਇਸ ਕਰਕੇ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਮੈਂ ਉਹਨੂੰ ਵਿਸ਼ਵਾਸ ਦਵਾਇਆ, SP ਪ੍ਰੈਸ਼ਰ ਕਰਨਗੇ, ਮੈਂ ਖੁਦ ਮੋਨੀਟਰਿੰਗ ਕਰੂੰਗਾ ਐਂਡ ਡਿਟੇਲ ਤੱਕ ਜਾਵਾਂਗੇ ਐਂਡ ਵਿਲ ਓਪਨ ਯੂ ਦਾ ਰਿਜ਼ਲਟ ਕਿ ਵਾਟ ਆਰ ਦਾ ਫੈਕਟਸ, ਕਿ ਲੱਗਦਾ ਕਿ ਪਾਸੇ ਅਸੀਂ ਉਹਨਾਂ ਨੂੰ ਕਰਾਂਗੇ, ਅਤੇ ਉਹ ਇਸ ਗੱਲ 'ਤੇ ਉਹਨਾਂ ਨੇ ਮੇਰੇ ਨਾਲ ਸਹਿਮਤੀ ਪ੍ਰਗਟਾਈ ਹੈ, ਅਤੇ ਉਹਨਾਂ ਨੇ ਇਸ ਗੱਲ 'ਤੇ ਦੱਸਿਆ ਵੀ ਤੁਸੀਂ ਜਿਹੜਾ ਹੈਗਾ ਇਨਕੁਆਇਰੀ ਕਰੋ, ਦੁੱਧ ਦਾ ਪਾਣੀ ਦਾ ਕਰੋ, ਮੈਂ ਉਹ ਕਹਿ ਬਿਲਕੁਲ ਸੈਕਟਿੰਗ ਹੋ। ਮੁੰਡੇ ਢਿੱਲੋਂ ਉੱਤੇ ਜਾਂਚ ਜਿਹੜੀ ਹੋਈ ਉਹਦੇ ਵਿੱਚ ਕੀ ਲੱਗਦਾ ਕੀ ਹੈ, ਕਿ ਆਖਿਰ ਉਹ ਜਿਹੜਾ ਕਹਿੰਦੇ ਗਰੁੱਪ ਹੈ ਕਾਫੀ ਵੱਡਾ ਜਿਹੜਾ ਆਇਆ ਸੀਗਾ,
ਮੇਰਾ ਕੋਲ ਆਇਆ ਸੀਗਾ ਇਹਦੇ 'ਚ ਦੇਖੋ ਫਸਟ ਪ੍ਰਾਇਮਰੀ ਇਹ ਕਲੀਅਰ ਹੁੰਦਾ ਹੈਗਾ ਕਿ ਪਹਿਲਾਂ ਲੜਾਈ ਸਕੂਲ 'ਚ ਨਹੀਂ ਹੋਈ ਇਹ ਪਹਿਲਾਂ ਉਹਨਾਂ ਦੀ ਆਪਸੀ ਲੜਾਈ ਹੋਈ ਕਰਕੇ ਇਟ ਬਿਕਮਸ ਲਾਈਕ ਦੋਨੋਂ ਪਾਸੋਂ ਉਸ ਤੋਂ ਬਾਅਦ ਜਦੋਂ ਫਿਰ ਪਹੁੰਚਦੇ ਪਹੁੰਚਦੇ ਸਕੂਲ ਤੱਕ ਗਿਆ ਤਾਂ ਉੱਥੇ ਫਿਰ ਜਿਹੜਾ ਹੈਗਾ ਜਿਹੜਾ ਇਹ ਬੰਦਾ ਇੱਥੇ ਇਕੱਲਾ ਪਾਇਆ ਗਿਆ ਇਕੱਲਾ ਹੋ ਗਿਆ ਸੀ ਅਤੇ ਉਹਨੂੰ ਜਿਹੜਾ ਹੈਗਾ ਮਾਰਿਆ ਉੱਥੇ ਜਿਹੜੀ ਉਹ ਵੀਡੀਓ ਬਣੀ ਸੀਗੀ ਠੀਕ ਹੈ ਉਸ ਵੀਡੀਓ ਨੂੰ ਫੋਰੈਂਸਿਕ 'ਚ ਵੀ ਭੇਜਿਆ ਗਿਆ ਹੈਗਾ ਪ੍ਰੋਪਰ ਲਿਆ ਬਟ ਹੁਣ ਕਿਉਂਕਿ ਇਸ ਚੀਜ਼ 'ਤੇ ਉਹਨਾਂ ਨੇ ਸਾਨੂੰ ਜਿਹੜਾ ਹੈਗਾ ਉਹ ਸਾਰਾ ਦੱਸਿਆ ਵੀ ਸਾਡੇ ਨਾਲ ਐਂ ਹੋਇਆ ਹੋਇਆ ਸੋ ਅਸੀਂ ਉਹਦੇ 'ਚ ਬਿਲਕੁਲ ਕਲੈਰਿਟੀ ਨਾਲ ਨਵੇਂ ਸਿਰ ਮੁੱਢ ਤੋਂ ਐਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਜੋ ਅਸਲੀਅਤ ਹੋਊਗੀ ਉਹ